AR ਸੈਨਿਕ ਗਲੈਮਰ ਵਰਲਡ ਵੱਲੋਂ ਜੈਪ੍ਰੀਤ ਇੰਟਰਨੈਸ਼ਨਲ ਇੰਸਟੀਚਿਊਟ ਐਂਡ ਬਿਊਟੀ ਸੈਲੂਨ ਦੇ ਸਹਿਯੋਗ ਨਾਲ ਧੀਆਂ ਦਾ ਮੇਲਾ ਸੀਜ਼ਨ 5 ਕਰਵਾਇਆ ਗਿਆ, ਜਿਸ ਦੀ ਅਗਵਾਈ AR ਸੈਨਿਕ ਗਲੈਮਰ ਵਰਲਡ ਦੀ MD ਰਜਨੀ ਸੈਨੀ ਵੱਲੋਂ ਕੀਤੀ ਗਈ। ਇਸ ਮੌਕੇ ਰਜਨੀ ਸੈਨੀ ਨੇ ਦੱਸਿਆ ਹੈ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਅੱਜ ਦੀ ਨੌਜਵਾਨੀ ਨੂੰ ਪੰਜਾਬੀ ਵਿਰਸੇ ਨਾਲ ਜੋੜਨਾ ਹੈ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਐਡਵੋਕੇਟ ਰਵਿੰਦਰ ਕੌਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਜਿੱਥੇ ਲੜਕੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਮਹਿਕ ਵਿਖੇਰ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ, ਉੱਥੇ ਹੀ ਲੜਕੀਆਂ ਵੱਲੋਂ ਰੈਂਪ ਵੋਕ ਵੀ ਕੀਤੀ ਗਈ। ਇਸ ਮੌਕੇ ਸਰਗਮ ਬਤਰਾ ਨੂੰ ਮਿਸਿਸ ਤੀਜ ਅਤੇ ਜਸਵਿੰਦਰ ਕੌਰ ਨੂੰ ਮਿਸ ਤੀਜ ਦੇ ਖਿਤਾਬ ਨਾਲ ਨਿਵਾਜਿਆ ਗਿਆ। ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਸੰਸਥਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਨੀਤਿਕਾ ਖੁਰਾਨਾ, ਵੰਦਨਾ, ਪ੍ਰਿਆ ਸ਼ਰਮਾ, ਨਵਜੋਤ ਕੌਰ, ਸ਼ੀਲਾ ਗੁਪਤਾ, ਪਰਮਿੰਦਰ ਕੌਰ, ਦੀਪਤੀ ਬਤਰਾ, ਅਸ਼ੋਕ ਧੀਰ, ਹਰਮੇਸ਼ ਸਿੰਘ ਰਾਏ ਆਦਿ ਹਾਜ਼ਰ ਸਨ। ਅੱਜ AR ਸੈਨੀ ਗਲੈਮਰ ਵਰਲਡ ਵੱਲੋਂ ਗੁਰਾਇਆਂ ਦੇ ਵਿੱਚ ਮਿਸ ਐਂਡ ਮਿਸਿਸ ਦੀਆਂ 2019 ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਮਿਸਿਸ ਐਂਡ ਮਿਸਿਸ ਦੀਆਂ ਕੱਢੀਆਂ ਗਈਆਂ, ਜਿਹਦੇ ਵਿੱਚ ਮਿਸਿਸ ਸਰਗਮ ਬਤਰਾ ਨੂੰ ਕੱਢਿਆ ਗਿਆ। ਅਤੇ ਇਹ ਤਿਉਹਾਰ ਸਾਡੇ ਪੰਜਾਬੀ ਵਿਰਸੇ 'ਚ ਸਾਡੇ ਨਾਲ ਜੋੜਦਾ ਹੈ, ਸਾਡੀ ਵਿਰਾਸਤ ਹੈ ਜੋ ਅਸੀਂ ਆਪਣੇ ਗੁਰਾਇਆਂ ਸ਼ਹਿਰ ਦੇ ਵਿੱਚ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਉਮੀਦ ਹੈ ਕਿ ਇਸ ਤਿਉਹਾਰ ਨੂੰ ਅਸੀਂ ਹੋਰ ਉੱਚੇ ਲੈਵਲ 'ਤੇ ਲੈ ਕੇ ਜਾਵਾਂਗੇ। ਅਗਲੀ ਵਾਰ ਹਰ ਵੇਲੇ ਅਸੀਂ ਇਸ ਵਿਰਸੇ ਨੂੰ ਸੰਭਾਲ ਕੇ ਰੱਖਾਂਗੇ। AR ਸੈਨਿਕ ਗਲੈਮਰ ਵਰਲਡ ਵੱਲੋਂ ਤੀਆਂ ਦਾ ਜਿਹੜਾ 5ਵਾਂ ਫੰਕਸ਼ਨ ਰਹਿ ਗਿਆ ਗੁਰਾਇਆਂ ਦੇ ਵਿੱਚ, ਅਤੇ ਅਸੀਂ ਸਾਰਿਆਂ ਨੇ ਜਿਹੜੀਆਂ ਪੰਜਾਬਣਾਂ ਨੇ ਉਹਨਾਂ ਦੇ ਵਿੱਚ ਪਾਰਟੀਸਪੇਟ ਕੀਤਾ ਆ। ਇਹਦੇ ਵਿੱਚ 2 ਰਾਊਂਡ ਸੀ। ਮਿਸਿਸ ਐਂਡ ਮਿਸਿਸ ਦਾ ਜਿਹੜਾ ਪ੍ਰੋਗਰਾਮ ਸੀਗਾ ਰੱਖਿਆ ਗਿਆ ਗੁਰਾਇਆਂ ਦੇ ਵਿੱਚ, ਅਤੇ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਕਾਫੀ ਭੁੱਲ ਚੁੱਕੇ ਹਾਂ, ਅਤੇ ਇਹ ਸੀ ਸੱਭਿਆਚਾਰ ਨਾਲ ਟੱਚ ਕਰਨ ਲਈ ਪੁਰਾਣੀਆਂ ਰੋਹ ਰੀਤਾਂ ਰਸਮਾਂ ਨਾਲ ਸੰਬੰਧਿਤ ਇਹ ਪ੍ਰੋਗਰਾਮ ਸੀਗਾ, ਤਾਂ ਕਿ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜ ਸਕੀਏ, ਉਹਨੂੰ ਯਾਦ ਰੱਖ ਸਕੀਏ। ਅਤੇ ਪੰਜਾਬਣਾਂ ਜਿਹੜੀਆਂ ਨੇ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ, ਟਿੱਕਾ, ਸੱਗੀ ਫੁੱਲ, ਸਿੰਘ ਸਵੀਤੜੀਆਂ, ਡੋਰੀਆਂ, ਪਰਾਂਦੇ, ਫੁਲਕਾਰੀਆਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਭਾਗ ਲਿਆ ਆ। ਅੱਜ ਇੱਥੇ ਗੁਰਾਇਆਂ ਵਿੱਚ ਤੀਆਂ ਦਾ ਮੇਲਾ ਸੀਜ਼ਨ 5 ਦਾ ਸਮਾਗਮ ਕਰਵਾਇਆ ਗਿਆ। ਇਹਦੇ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਮੁਟਿਆਰਾਂ ਨੇ ਆ ਕੇ ਇਹਦੇ ਵਿੱਚ ਹਿੱਸਾ ਲਿਆ। ਇਹਦੇ ਵਿੱਚ ਕੰਟੈਸਟ ਕਰਵਾਇਆ ਗਿਆ ਸੀ ਮਿਸ ਐਂਡ ਮਿਸਿਸ ਟੀਮ, ਅਤੇ ਉਹਦੇ ਵਿੱਚ ਕੁੜੀਆਂ ਨੇ ਅਤੇ ਵਿਆਹੁਤਾ ਮੁਟਿਆਰਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਉਹਨਾਂ ਦਾ ਉਤਸ਼ਾਹ ਵੀ ਦੇਖਣ ਨੂੰ ਨਹੀਂ ਮਿਲਦਾ ਸੀ। ਉਹਨਾਂ ਨੇ ਗਿੱਧਾ, ਭੰਗੜਾ, ਬੋਲੀਆਂ ਅਤੇ ਆਪਣੀ ਪਰਫੋਰਮੈਂਸ ਦਿਖਾਈ। ਜੇਤੂਆਂ ਨੂੰ ਸਾਡੇ ਵੱਲੋਂ ਆਪਣੇ ਅਲੱਗ ਅਲੱਗ ਸਟੈਂਪਲ ਦੇ ਨਾਲ ਸਨਮਾਨਿਤ ਕੀਤਾ ਗਿਆ।